ਪੰਜਾਬ ਵਿਧਾਨ ਸਭਾ ਲਈ ਆਮ ਆਦਮੀ ਪਾਰਟੀ ਵੱਲੋਂ ਚੋਣਾਵੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਸੋਮਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾ ਨਗਰ ਵਿੱਚ ਉਮੀਦਵਾਰ ਜਗਿੰਦਰ ਸਿੰਘ ਸ਼ੀਨਾ ਦੀ ਪ੍ਰਧਾਨਗੀ ਹੇਠ ਰੋਡ ਸ਼ੋਅ ਕੱਢਿਆ ਗਿਆ। ਆਮ ਆਦਮੀ ਪਾਰਟੀ ਵੱਲੋਂ ਕੱਢੇ ਗਏ ਇਸ ਰੋਡ ਸ਼ੋਅ ਵਿੱਚ ਕਰੀਬ 100 ਤੋਂ ਜ਼ਿਆਦਾ ਗੱਡੀਆਂ ਦਾ ਲੰਬਾ ਕਾਫਲਾ ਸੀ। ਇਸ ਰੋਡ ਸ਼ੋਅ ਵਿੱਚ ਆਪ ਦੇ ਸਾਰੇ ਲੀਡਰਾਂ ਨੇ ਹਿੱਸਾ ਲਿਆ। ਇਹ ਰੋਡ ਸ਼ੋਅ ਦੀਨਾ ਨਗਰ ਦੇ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋ ਕੇ ਬੀਬੀ ਸੁੰਦਰੀ ਜੀ ਦੇ ਗੁਰਦੁਆਰਾ ਵਿਖੇ ਜਾ ਕੇ ਸਮਾਪਤ ਹੋਇਆ। ਸਾਡਾ ਰੋਡ ਸ਼ੋਅ ਦਾ ਮਤਲਬ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨੀ। ਸਾਰੇ ਪਾਰਟੀ ਦੇ ਬੰਦੇ ਇਕਜੁੱਟ ਆ, ਅਸੀਂ ਲੋਕਾਂ 'ਚ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਾਰਟੀ ਦਾ ਮੈਸੇਜ ਲੈ ਕੇ, ਸੱਚੀ ਸੁੱਚੀ ਰਾਜਨੀਤੀ ਦਾ ਪੈਗਾਮ ਲੈ ਕੇ ਅਸੀਂ ਦੀਨਾਨਗਰ ਦੇ ਲੋਕਾਂ ਵਿੱਚ ਚੱਲਾਂਗੇ ਤੇ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਕਿ ਕੌਣ ਠੀਕ ਹੈ ਤੇ ਕੌਣ ਗਲਤ ਹੈ। ਫੈਸਲਾ ਲੋਕ ਕਰਨਗੇ। ਇਸ ਪਾਰਟੀ ਦੇ ਵਿੱਚ ਹੱਕ, ਸੱਚ ਤੇ ਇਨਸਾਫ ਦੀ ਸਿਆਸਤ ਹੈ। ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਸਿਆਸਤ ਦੇਣੀ ਹੈ, ਪੁਰਾਣੀ ਸਿਆਸਤ ਨੂੰ ਬਦਲਣਾ, ਖਾਸ ਕਰਕੇ ਕਰਪਸ਼ਨ ਮੁਕਤ ਭਾਰਤ ਸਿਰਜਣਾ ਤੇ ਪੰਜਾਬ ਤੋਂ ਦੀ ਸ਼ੁਰੂਆਤ ਹੋਣੀ ਹੈ, ਕਿਉਂਕਿ ਹਮੇਸ਼ਾ ਹਿੰਦੁਸਤਾਨ ਦੇ ਵਿੱਚ ਜਿਹੜੇ ਇਨਕਲਾਬ ਸਿਰਜੇ ਗਏ ਨੇ ਉਹਨਾਂ ਦੀ ਸ਼ੁਰੂਆਤ ਇਤਿਹਾਸ ਵਿੱਚ ਪੰਜਾਬ ਤੋਂ ਹੀ ਹੋਈ ਹੈ ਤੇ ਇਹ ਵੀ ਸ਼ੁਰੂਆਤ ਪੰਜਾਬ 'ਚੋਂ ਹੋਣੀ। ਅੱਜ ਪੰਜਾਬ ਵਰਗਾ ਸੂਬਾ ਜਿਹਦੀ ਕਿਸਾਨੀ ਸਾਰੇ ਸੰਸਾਰ ਵਿੱਚ ਪ੍ਰਸਿੱਧ ਸੀ ਔਰ ਨੌਜਵਾਨੀ ਦਾ ਵੀ ਭਾਂਤ ਸਿੱਕਾ ਸੀ ਦੁਨੀਆ ਦੇ ਵਿੱਚ, ਅੱਜ ਦੋਨੋਂ ਚੀਜ਼ਾਂ ਇਹਨਾਂ ਨੇ ਸਰਕਾਰਾਂ ਨੇ ਬਰਬਾਦ ਕਰ ਦਿੱਤੀਆਂ ਆਪਣੇ ਆਪਣੇ ਰਾਜ ਦੇ ਵਿੱਚ। ਤੇ ਅੱਜ ਸਾਡੀ ਪਾਰਟੀ ਨੇ ਇੱਕ ਤਹੱਈਆ ਕੀਤਾ ਕਿ ਪੰਜਾਬ ਨੂੰ ਫਿਰ ਉਹਨਾਂ ਪੈਰਾਂ ਦੇ ਉੱਪਰ ਲਿਆਉਣਾ ਜਿੱਦਾਂ ਦਾ ਕਦੇ ਪਹਿਲਾਂ ਅੱਜ ਤੋਂ 30-40 ਸਾਲ ਪਹਿਲਾਂ ਪੰਜਾਬ ਹੁੰਦਾ ਸੀ, ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਸੀ। ਪੰਜਾਬ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ, ਸੂਰਬੀਰ ਯੋਧਿਆਂ ਦੀ ਧਰਤੀ ਖਵਾਉਂਦੀ ਸੀ ਦੁਨੀਆਂ ਵਿੱਚ, ਜਿਹਦਾ ਨਿਵੇਕਲਾ ਇਤਿਹਾਸ ਹੈ। ਇਸ ਇਤਿਹਾਸ ਨੂੰ ਇਹਨਾਂ ਪਾਰਟੀਆਂ ਨੇ ਆਪਣੇ ਰਾਜਕਾਲ ਦੇ ਵਿੱਚ ਕਲੰਕਿਤ ਕਰ ਦਿੱਤਾ ਤੇ ਪੰਜਾਬ ਨੂੰ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ, ਅਖਲਾਕੀ ਤੌਰ ਤੇ ਬਹੁਤ ਇਹਨਾਂ ਨੇ ਨੀਵਾਂ ਕਰ ਦਿੱਤਾ ਤੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਦੁਬਾਰਾ ਉਹਨਾਂ ਲੀਹਾਂ ਤੇ ਉਹਨਾਂ ਪੈਰਾਂ ਤੇ ਲਿਆਉਣ ਦਾ ਜਿਹੜਾ ਬੀੜਾ ਚੱਕਿਆ। ਸਮੁੱਚੇ ਪੰਜਾਬ ਵਾਸੀ ਉਹਨਾਂ ਦੀਆਂ ਪਾਲਿਸੀਆਂ ਵੱਲ, ਉਹਨਾਂ ਵੱਲ ਦੇਖ ਰਹੇ ਨੇ ਕਿ ਤੁਸੀਂ ਦੇਖਣ ਆਉਣ ਵਾਲੇ ਸਮੇਂ 'ਚ ਪੰਜਾਬ ਵਿੱਚ ਸਫਾਇਆ ਹੋਏਗਾ, ਦਿੱਲੀ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਸੀਟਾਂ ਮਿਲਣਗੀਆਂ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।